ਬੋਲ ਕਰਨ ਆਇਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਵੇਖ ਕੇ ਵੋਟ ਪੋਲ ਕਰੋਗੇ ਵੋਟ ਕਰਨਾ ਤਾਂ ਸਾਡਾ ਸਾਰਿਆਂ ਦਾ ਹੱਕ ਹੈ ਜੀ ਔਰ ਵੋਟ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਆਪਣਾ ਫਰਜ਼ ਨਿਭਾਣਾ ਹੈ ਸਰ ਕਿਹੜੇ ਮੁੱਦੇ ਨੇ ਸਪੈਸ਼ਲੀ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਕਰੋਗੇ ਤੁਸੀਂ ਮੁੱਦੇ ਤਾਂ ਦੇਖੀ ਬਾਹਰ ਦੀ ਗੱਲ ਹੈ ਬਟ ਵੋਟ ਤੁਸੀਂ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਸਾਰੇ ਜਣੇ ਆਓ ਵੋਟ ਪਾਓ ਤਾਂ ਕਿ ਤੁਸੀਂ ਇਹ ਜੀ ਸਰਕਾਰ ਚੁਣ ਸਕੋ ਜਿਹੜੀ ਤੁਹਾਡੇ ਲਈ ਕੰਮ ਕਰ ਸਕੇ ਠੀਕ ਹੈ ਸਰ ਥੈਂਕ ਯੂ ਜੀ ਪੋਲ ਕਰਨ ਆਇਓ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਕਿਹੜੇ ਮੁੱਦੇ ਨੇ ਜਿਨ੍ਹਾਂ ਨੂੰ ਵੇਖ ਕੇ ਵੋਟ ਪੋਲ ਕਰੋਗੇ ਅੱਜ ਵੋਟ ਕਰਨਾ ਤਾਂ ਸਾਡਾ ਸਾਰਿਆਂ ਦਾ ਹੱਕ ਹੈ ਜੀ ਔਰ ਵੋਟ ਜ਼ਰੂਰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਔਰ ਮੈਂ ਆਪਣਾ ਫਰਜ਼ ਨਿਭਾਣਾ ਹੈ ਸਰ ਕਿਹੜੇ ਮੁੱਦੇ ਨੇ ਸਪੈਸ਼ਲੀ ਜਿਨ੍ਹਾਂ ਨੂੰ ਦੇਖ ਕੇ ਅੱਜ ਵੋਟ ਕਰੋਗੇ ਤੁਸੀਂ ਮੁੱਦੇ ਤਾਂ ਦੇਖੀ ਬਾਹਰ ਦੀ ਗੱਲ ਹੈ ਬਟ ਵੋਟ ਤੁਸੀਂ ਸਾਰਿਆਂ ਨੂੰ ਮੈਂ ਤਾਂ ਅਪੀਲ ਕਰਾਂਗਾ ਸਾਰੇ ਜਣੇ ਆਓ ਵੋਟ ਪਾਓ ਤਾਂ ਕਿ ਤੁਸੀਂ ਇਹ ਜੀ ਸਰਕਾਰ ਚੁਣ ਸਕੋ ਜਿਹੜੀ ਤੁਹਾਡੇ ਲਈ ਕੰਮ ਕਰ ਸਕੇ ਠੀਕ ਹੈ ਸਰ ਥੈਂਕ ਯੂ ਜੀ एग्जिट पोल 2024 1 जून शाम 6 बजे से लोकसभा चुनाव के नतीजे 4 जून सुबह 7 बजे से देखिए चुनाव नतीजों से जुड़ी हर खबर सबसे पहले सबसे सटीक केवल अमर उजाला पर amarujala.com। अगर आप ये वीडियो YouTube पर देख रहे हैं तो हमारे चैनल को सब्सक्राइब करें और बेल आइकन को दबाना ना भूलें। अगर आप Facebook पर ये वीडियो देख रहे हैं तो हमारे पेज को लाइक करें। एग्जिट पोल 2024 1 जून शाम 6 बजे से लोकसभा चुनाव के नतीजे 4 जून सुबह 7 बजे से देखिए चुनाव नतीजों से जुड़ी हर खबर सबसे पहले सबसे सटीक केवल अमर उजाला पर amarujala.com।